ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਈ ਇੱਕ ਵਾਰ ਇੱਕ ਨਗਰ ਦੇ ਲੋਕ ਬੜੇ ਮਾੜੇ ਕੰਮ ਕਰਿਆ ਕਰਦੇ ਸੀ ਰੱਬ ਜੀ ਨੇ ਇੱਕ ਦਿਨ ਵਰਖਾ ਦੇ ਦਿਨ ਨੂੰ ਸਾਧਕੇ ਕਿਹਾ ਕਿ ਇਹ ਪਿੰਡ ਦੇ ਰੋੜਿਆਂ ਦਾ ਮੀ ਪਾ ਦੋ ਉਹਨਾਂ ਰੋੜੇ ਰਾੜੀ ਇਕੱਠੇ ਕਰਦੇ ਰਾਤ ਤੋਂ ਸਵੇਰ ਹੋਣ ਦਾ ਸਮਾਂ ਆ ਗਿਆ ਭਾਵ ਅੰਮ੍ਰਿਤ ਵੇਲਾ ਹੋਣ ਵਾਲਾ ਸੀ ਤੇ ਵਾਹਿਗੁਰੂ ਜੀ ਨੇ ਰੱਬ ਨੇ ਕਿਹਾ ਕਿ ਤੁਸੀਂ ਵਾਪਸ ਆ ਜਾਓ ਮੈਂ ਇਹਨਾਂ ਦੇ ਕਰਮ ਮਾਫ ਕਰ ਦਿੱਤੇ ਨੇ ਸਾਰੇ ਜੀ ਨੇ ਹੈਰਾਨ ਹੋ ਗਏ ਵੀ ਐਵੇਂ ਕਿਵੇਂ ਹੋ ਗਿਆ ਵੀ ਜੋ ਇਹ ਕੰਮ ਕਹਿੰਦੇ ਨੇ ਉਹ ਹਮੇਸ਼ਾ ਹੁੰਦਾ ਪਰ ਅੱਜ ਨਾ ਆਪਣੇ ਕਹੀ ਸ਼ਬਦ ਵਾਪਸ ਲੈ ਲੇ ਅੱਜ ਤੱਕ ਤਾਂ ਐਵੇਂ ਹੋਇਆ ਨਹੀਂ ਪਰ ਅੱਜ ਕਿਉਂ ਹੋਇਆ ਅੰਮ੍ਰਿਤ ਵੇਲੇ ਦਾ ਉੱਧਰ ਸਮਾਂ ਹੋਇਆ ਨਗਰ ਵੀ ਇੱਕ ਮਿੰਟ ਮੁਨੱਖ ਉੱਠਿਆ ਇਸ਼ਨਾਨ ਕੀਤਾ ਬਾਣੀ ਪੜਨ ਤੋਂ ਪਹਿਲਾਂ ਮਨੇ ਪਿਆਰ ਵਿਸ਼ਵਾਸ ਸ਼ਰਧਾ ਭਾਵਨਾ ਨਾਲ ਇੱਕ ਵਾਰ ਵਾਹਿਗੁਰੂ ਕਿਆ ਜਿਵੇਂ ਵਾਹਿਗੁਰੂ ਉਹਦੇ ਨਾਲ ਬੈਠੇ ਹੋ ਉਸਦੇ ਬੋਲ ਅਰਦਾਸ ਵਿੱਚ ਇੰਨੀ ਤਾਕਤ ਸੀ ਕਿ ਸਭ ਦੇ ਗੁਨਾਹ ਮਾਫ ਕਰਨੇ ਵੀ ਕਿਉਂਕਿ ਰੱਬ ਜੀ ਨੇ ਕਿਹਾ ਵੀ ਜੇ ਤੁਸੀਂ ਰੋੜਿਆਂ ਦਾ ਮੀਂਹ ਪਾ ਦਿੰਦੇ ਤੇ ਉੱਥੇ ਜਿਹੜਾ ਉਹ ਮਨੁੱਖ ਸੀ ਉਹਨੇ ਵੀ ਨਾਲ ਆਕਾਲ ਚਲਾਣੇ ਕਰ ਜਾਣੇ ਸੀ ਪਰ ਮੈਂ ਨਹੀਂ ਸੇ ਚਾਹੁੰਦਾ ਕਿਉਂ ਐਵੇਂ ਹੋਏ ਕਿਉਂਕਿ ਮੈਂ ਉਹਦੇ ਮੂੰਹੋਂ ਦੁਬਾਰਾ ਵਾਇਗਰੂ ਸੁਣਨਾ ਚਾਹੁੰਦਾ ਸੀ ਇਸ ਲਈ ਸਭ ਨੂੰ ਮਾਫ ਕਰਤਾ ਜੇ ਇੱਕ ਵਾਰ ਵਾਇਗਰੂ ਕਹੇ ਵਾਇਗਰੂ ਜੀ ਦਾ ਇੰਨਾ ਚਿਤ ਖੁਸ਼ ਹੋ ਜਾਂਦਾ ਤੇ ਇਹਦੇ ਸਦਕੇ ਸਭ ਤੇ ਮਨਵੀ ਨਾਲ ਬਦਲਣਗੇ ਗੱਲबस ਸ਼ਰਧਾ ਪਿਆਰ ਤੇ ਵਿਸ਼ਵਾਸ ਦੀ ਜੋ ਵਿਸ਼ਵਾਸ ਨਾਲ ਇੱਕ ਵਾਰ ਵਾਹਿਗੁਰੂ ਕਹਿੰਦਾ ਹੈ ਤਾਂ ਵਾਹਿਗੁਰੂ ਉਸ ਤੇ ਜੋ ਹੈ ਮਿਹਰ ਦਾ ਮੀਂਹ ਵਰਸਾਉਂਦਾ ਜੋ ਕਹਿੰਦੇ ਨੇ ਨਾ ਮੰਨ ਨਹੀਂ ਲੱਗਦਾ ਕੁਰਬਾਨੀ ਵਿੱਚ ਉਹ ਇੱਕ ਵਾਰ ਵਾਹਿਗੁਰੂ ਕਹਿ ਕੇ ਤਾਂ ਦੇਖੋ ਵੀ ਵਾਹਿਗੁਰੂ ਮੇਰੇ ਕੋਲ ਨੇ ਤੇ ਸੁਣਦਾ ਪਿਆ ਵਾਹਿਗੁਰੂ ਅਰਦਾਸ ਕਰੋ ਰੱਬ ਸਭ ਦੀ ਸੁਣਦੇ ਨੇ ਸਭ ਦੁੱਖ ਦੂਰ ਹੋ ਜਾਣਗੇ ਇੱਕ ਵਾਰ ਵਾਹਿਗੁਰੂ ਕਹਿਣ ਵਿੱਚ ਐਨੀ ਤਾਕਤ ਹੈ ਕਿ ਸਾਰੇ ਪਦਾਰਥ ਸਾਰੇ ਗੁਣ ਮਿਲ ਜਾਣਗੇ ਤੇ ਔਗਣ ਦੂਰ ਹੋ ਜਾਣਗੇ ਇਕ ਵਾਰ ਸ਼ਰਧਾ ਪਾਵਨਾ ਨਾਲ ਵਾਇਕ ਨੂੰ ਕਹਿ ਕੇ ਤਾਂ ਦੇਖੋ ਸਾਰੇ ਦੁੱਖ ਦੂਰ ਹੋਣਗੇ